ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜਸਵਿੰਦਰ ਸਿੰਘ ਖਾਲਸਾ, ਮਾਨਚੈਸਟਰ। ਪਿਛਲੇ 51 ਸਾਲ 51 ਈਅਰਸ ਤੋਂ ਇੰਗਲੈਂਡ ਦੀ ਧਰਤੀ 'ਤੇ, ਔਰ ਪਿਛਲੇ 10-12 ਸਾਲਾਂ ਤੋਂ ਭਾਈ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਖੰਨੇ ਵਾਲਿਆਂ ਥਾਪੜਾ ਲੈ ਕੇ ਅਤੇ ਸੇਵਾ ਪੰਜਾਬ ਦੇ ਪਿੰਡਾਂ 'ਚ ਜਾ ਕੇ ਕਰ ਰਿਹਾ। ਸੋ ਬਹੁਤ ਵਾਰੀ ਸਾਧ ਸੰਗਤ ਜੀ ਆਪ ਜੀ ਮੇਰੇ ਵਿਚਾਰ ਸੁਣ ਚੁੱਕੇ ਹੋ, ਅਤੇ ਜਿਹੜੀ ਨਵੀਂ ਖਬਰ ਲੈ ਕੇ ਮੈਂ ਆਇਆ ਵਾਂ, ਕਿਉਂਕਿ ਇੱਕ ਸਕੂਲ ਦੇ ਬਾਰੇ ਸਾਧ ਸੰਗਤ ਜੀ ਤੁਹਾਨੂੰ ਬਹੁਤ ਕੁਝ ਦੱਸਿਆ ਗਿਆ ਸੀ, ਜਿਹੜਾ ਕਿ ਦਾਸ ਨੇ 7-8 ਸਾਲ ਪਹਿਲੇ ਸ਼ੁਰੂ ਕੀਤਾ ਸੀਗਾ। ਉਹ ਲੁਧਿਆਣੇ ਵਿਚਕਾਰ 50 ਬੱਚਿਆਂ ਨੂੰ ਸ਼ੁਰੂ ਕੀਤਾ ਸੀ, ਹਰ ਸਾਲ 50 ਬੱਚੇ ਅਸੀਂ ਵਧਾ ਦਿੰਦੇ ਸੀਗੇ, ਔਰ 4 ਟੀਚਰਾਂ ਤੋਂ ਸ਼ੁਰੂ ਕਰਦੇ ਸੀਗੇ। ਅੱਜ ਉਹ ਸਕੂਲ 7th ਕਲਾਸ ਤੱਕ, 7ਵੀਂ ਕਲਾਸ ਤੱਕ ਬੱਚੇ ਪਹੁੰਚ ਗਏ ਆ। ਗਰੀਬਾਂ ਦੇ ਬੱਚੇ ਅਸੀਂ ਇਕੱਠੇ ਕਰਦੇ ਹਾਂ, ਔਰ ਉੱਥੇ ਕੋਨਵੈਂਟ ਸਕੂਲ ਦੀ ਪੜ੍ਹਾਈ, ਬੁੱਕਸ ਫਰੀ, ਸਭ ਕੁਝ ਫਰੀ, ਯੂਨੀਫਾਰਮ ਫਰੀ, ਉਹ ਬੱਚਿਆਂ ਨੂੰ ਪੜ੍ਹਾਈ ਦਿੱਤੀ ਜਾ ਰਹੀ ਹੈ ਪਿਛਲੇ 7 ਸਾਲਾਂ ਤੋਂ। ਔਰ ਉਹ ਬੱਚੇ ਅੱਜ ਬਹੁਤ ਬਖਸ਼ਿਸ਼, ਤਕਰੀਬਨ ਉਹ ਸਕੂਲ ਸਾਰੀ ਦੁਨੀਆ 'ਚ ਮਸ਼ਹੂਰ ਹੋ ਚੁੱਕਾ ਹੈ। ਆਪ ਜੀ ਵੀ ਜ਼ਰੂਰ educatepunjab.net 'ਤੇ ਚੈੱਕ ਕਰੋ। ਤਕਰੀਬਨ 50 ਲੱਖ ਬੰਦਾ ਉਹ ਸਕੂਲ ਦੇਖ ਚੁੱਕਾ ਹੈ, ਔਰ ਜਿਹੜੇ ਵੀ ਵੀਰ ਭੈਣਾਂ ਮੇਰੇ, ਕਦੀ ਕੋਈ ਜਰਮਨੀ ਤੋਂ ਆ ਰਿਹਾ, ਕੋਈ ਅਮੈਰੀਕਾ ਤੋਂ ਆ ਰਿਹਾ, ਕੈਨੇਡਾ ਤੋਂ ਆ ਰਿਹਾ, ਇੰਗਲੈਂਡ ਤੋਂ ਜਾ ਰਹੇ ਆ, ਉਹ ਸਕੂਲ ਵਿਜ਼ਿਟ ਕਰਦੇ ਆ। ਅਤੇ ਕਿਉਂਕਿ ਲੋਕਾਂ ਨੂੰ ਸਮਝ ਆ ਰਹੀ ਹੈ ਕਿ ਅੱਜ ਪੰਜਾਬ ਦੇ ਪਿੰਡਾਂ ਵਿਚਕਾਰ ਸਕੂਲਾਂ ਦੀ ਲੋੜ ਹੈ। ਅਸੀਂ ਨਾ ਲੰਗਰਾਂ 'ਤੇ ਪੈਸਾ ਮਾਫ਼ ਕਰਨਾ, ਔਰ ਲੰਗਰ ਹਾਲ ਵੱਡੇ ਕਰੀ ਜਾ ਰਹੇ ਹਾਂ, ਗੁਰਦੁਆਰੇ ਵੱਡੇ ਕਰੀ ਜਾ ਰਹੇ ਹਾਂ, ਸੋਨਾ ਪੱਥਰ ਲਗਾ ਰਹੇ ਹਾਂ, ਅੰਨਾ ਪੈਸਾ ਅਸੀਂ ਸਮਾਗਮਾਂ 'ਤੇ ਲਗਾ ਰਹੇ ਹਾਂ, ਔਰ ਫੁੱਲ ਕਰੋੜ ਕਰੋੜ ਰੁਪਏ ਦੇ ਫੁੱਲ ਲੱਗ ਰਹੇ ਆ। ਮੈਂ ਕੋਈ ਮਰਿਆਦਾ ਤੋੜਨ ਦੀ ਗੱਲ ਨਹੀਂ ਕਰਦਾ ਸਾਧ ਸਿੰਘ ਜੀ, ਹਰ ਵਾਰੀ ਬੇਨਤੀ ਕਰਦਾ ਵਾਂ, ਇਹ ਸਾਰੇ ਕੰਮ ਅਸੀਂ ਕਰਨੇ ਆ, ਕੋਈ ਮਰਿਆਦਾ ਨਹੀਂ ਤੋੜਨੀ, ਪਰ ਸਮੇਂ ਦੀ ਲੋੜ ਹੈ। ਆਪਾਂ ਪਿੰਡ ਪਿੰਡ ਸਕੂਲ ਖੋਲੀਏ, ਕਿਉਂਕਿ ਇਹ ਬੱਚੇ ਆਪਣਾ ਦਸਵੰਧ, ਇਹਨਾਂ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ, ਜਿੱਥੇ ਆਪਾਂ ਇਹਨਾਂ ਨੂੰ ਪੜ੍ਹਾਈ ਕਰਾਉਣੀ ਹੈ ਦੁਨਿਆਵੀ, ਉੱਥੇ ਇੱਕ 15 ਮਿੰਟ ਰੋਜ਼ ਦਾ ਪਾਠ ਕਰਨ ਨੂੰ ਆਪਾਂ ਪਰਮਾਤਮਾ ਨਾਲ ਵੀ ਜੋੜਨਾ, ਕਿਉਂਕਿ ਸਾਡੇ ਮਾਤਾ ਪਿਤਾ ਅੱਜ ਤੋਂ 60-70 ਸਾਲ ਪਹਿਲੇ ਵਾਲੇ ਮਾਤਾ ਪਿਤਾ ਗੁਰੂ ਜੀ ਦਾ ਹੁਕਮ ਮੰਨਦੇ ਸੀ, ਸਰਬੰਸ ਵਾਰ ਕੇ ਹੁਕਮ ਦੇ ਗਏ ਸੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਅਤੇ ਉਹ ਹੁਕਮ ਦੀ ਪਾਲਣਾ ਸਾਡੇ ਮਾਤਾ ਪਿਤਾ ਅੱਜ ਤੋਂ 60-70 ਸਾਲ ਪਹਿਲੇ ਵਾਲੇ ਮਾਤਾ ਪਿਤਾ ਉਹ ਤਾਂ ਹੁਕਮ ਦੀ ਪਾਲਣਾ ਕਰਦੇ ਸੀ। ਅਸੀਂ 6 ਭੈਣ ਭਰਾ ਅੱਜ 6 ਹੈਗੇ ਹਾਂ, ਔਰ ਸਾਨੂੰ ਕੁੱਟ ਪੈਂਦੀ ਸੀ ਜਪ ਜੀ ਸਾਹਿਬ ਦਾ ਪਾਠ ਕੀਤੇ ਵਗੈਰਾ ਸਕੂਲ ਜਾਈਏ, ਅਤੇ ਸਾਨੂੰ ਗੁਰੂ ਨਾਲ ਜੋੜਿਆ ਗਿਆ, ਜਿੱਥੇ ਦੁਨਿਆਵੀ ਪੜ੍ਹਾਈ ਕਰਾਈ ਗਈ, ਭਾਵੇਂ ਕਿੰਨੀ ਘਰ 'ਚ ਗਰੀਬੀ ਸੀਗੀ, ਮਾਤਾ ਪਿਤਾ ਆਪਣੇ ਬੱਚੇ ਵਾਸਤੇ ਕਰਦੇ ਆ। ਸੋ ਦੁਨਿਆਵੀ ਪੜ੍ਹਾਈ ਦੇ ਨਾਲ ਗੁਰੂ ਦੀ ਪੜ੍ਹਾਈ ਕਰਾਈ, ਔਰ ਮੇਰੀ ਪੂਰੀ ਕਹਾਣੀ ਜੋ ਕਿ ਸੰਗਤ ਨੂੰ ਬਹੁਤ ਵਾਰੀ ਸੁਣਾ ਚੁੱਕਾ, ਭਿਖਾਰੀ ਤੋਂ ਰਾਜਾ, ਇਹ ਪਰਮਾਤਮਾ ਕਰ ਸਕਦਾ, ਇੰਨੀ ਵੱਡੀ ਸ਼ਕਤੀ ਹੈ ਗੁਰਬਾਣੀ। ਔਰ ਜਿੱਥੇ ਮੈਨੂੰ ਅੰਗਰੇਜ਼ ਲੋਕ ਨੌਕਰੀ ਦਿੰਦੇ ਸੀ, 1968 'ਚ ਮੈਂ ਇੰਗਲੈਂਡ ਆਇਆ ਸੀ, ਔਰ ਤੁਹਾਡੇ ਐਕਟਨ ਹੈਂਗਰ ਲੇਨ ਇੱਥੇ ਲੰਡਨ 'ਚ ਕਾਰ ਮੈਂ ਫਿਰਦਾ ਸੀਗਾ, ਦਾੜੀ ਕੱਟ ਗਿਆ, ਪਗੜੀ ਲਾ ਕੇ ਆ, ਤਾਂ ਨੌਕਰੀ ਮਿਲਦੀ ਸੀਗੀ। ਪਰ ਦਾਸ ਨੂੰ ਗੁਰਤੀ ਮਿਲੀ ਹੋਈ ਸੀ ਆਪਣੀ ਦਾਦੀ ਨਾਨੀ ਤੋਂ, ਭਾਈ ਤਾਰੂ ਸਿੰਘ ਨੇ ਖੋਪੜੇ ਲਵਾ ਲਏ ਪਰ ਕੇਸ ਨਹੀਂ ਸੀ ਕਟਵਾਏ। ਇਹ ਸਾਡੀਆਂ ਦਾਦੀਆਂ ਨਾਨੀਆਂ ਸੀ, ਨਿੱਕੇ ਨਿੱਕੇ ਹੁੰਦੇ ਸੀ, ਸਾਨੂੰ ਇਹ ਸਿੱਖਿਆਵਾਂ ਦਿੰਦੀਆਂ ਸੀਗੀਆਂ, ਮਜ਼ਬੂਤ ਕਰਦੀਆਂ ਸੀਗੀਆਂ। ਉਹ ਭੈਣਾਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲੇ, ਹਾਰ ਪਵਾ ਲਏ ਪਰ ਧਰਮ ਨਹੀਂ ਸੀ ਛੱਡਿਆ। ਪਰ ਸਾਧ ਸੰਗਤ ਜੀ, ਮੈਂ ਪੰਜਾਬ 'ਚ ਪਿਛਲੇ 50 ਸਾਲ ਤੋਂ ਜਾਂਦਾ, ਦੇਖਦਾ ਵਾਂ ਕਿ ਉਹ ਮੇਰੀ ਭੈਣ ਅੱਜ ਕਹਿੰਦੀ ਹੈ ਬੱਚੇ ਨੂੰ ਕੋਈ ਪਾਠੀ ਬਣਾਉਣਾ, ਬੱਚੇ ਨੂੰ ਕੋਈ ਭਾਈ ਬਣਾਉਣਾ, ਲੋਕ ਕੀ ਕਹਿਣਗੇ ਜੇ ਬੱਚੀ ਮੇਰੀ ਚੁੰਨੀ ਕਰਕੇ ਬਾਜ਼ਾਰ ਨਿਕਲੇਗੀ। ਅੱਜ ਮੇਰੀ ਭੈਣ ਭੁੱਲ ਗਈ ਵਿਚਾਰੀ, ਲੋਕਾਂ ਨੂੰ ਖੁਸ਼ ਕਰਨ ਲੱਗ ਪਈ, ਖੁਸ਼ ਤਾਂ ਆਪਣੇ ਗੁਰੂ ਨੂੰ ਕਰਨਾ ਸੀਗਾ। ਸੋ ਦਾਸ ਨੇ ਕਦੀ ਜੀ ਕੈਂਚੀ ਨਹੀਂ ਲੱਗਣ ਦਿੱਤੀ ਸਾਧ ਸੰਗਤ ਜੀ, ਉਹ ਜਿਹੜੇ ਅੰਗਰੇਜ਼ ਮੈਨੂੰ ਨੌਕਰੀ ਦਿੰਦੇ ਸੀ, ਜੇ ਅੱਜ ਮੈਂ ਆਪਣੀ ਕਹਾਣੀ ਸੁਣਾਉਂਦਾ ਉਹਨਾਂ ਵਾਂ, ਬੱਚਿਆਂ ਨੂੰ ਸੁਣਾਉਂਦਾ ਪੰਜਾਬ ਦੇ ਪਿੰਡਾਂ 'ਚ ਜਾ ਕੇ, ਅੱਜ 93 ਅੰਗਰੇਜ਼, 93 ਗੋਰੇ ਵਰਕਿੰਗ ਫੋਰ ਮੀ, ਇਹ ਗੁਰੂ ਦੀ ਮਹਿਮਾ ਜੇ ਸਾਧ ਸੰਗਤ ਜੀ। ਮੈਂ ਆਪਣੀ ਨਾ ਅਮੀਰੀ ਦੱਸਦਾ ਵਾਂ, ਨਾ ਮੈਂ ਵਡਿਆਈ ਦੱਸਦਾ ਵਾਂ, ਬਸ ਮੈਨੂੰ ਤਾਂ ਮਹਾਰਾਜ ਨੇ ਸਭ ਕੁਝ ਦਿੱਤਾ, ਕਿਉਂਕਿ ਗੁਰੂ ਦਾ ਲੜ ਫੜਿਆ ਸੀਗਾ, ਗੁਰਬਾਣੀ ਪੜ੍ਹੀ ਸੀ, ਵਿਚਾਰ ਕੇ ਪੜ੍ਹੀ ਸੀ, ਗੁਰੂ ਦਾ ਕਹਿਣਾ ਮੰਨਿਆ ਸੀ। ਅਸੀਂ ਗੁਰੂ ਨੂੰ ਮੰਨਦੇ ਹਾਂ ਪਰ ਗੁਰੂ ਦੀ ਗੱਲ ਨਹੀਂ ਮੰਨਦੇ, ਜਿਸ ਕਰਕੇ ਅੱਜ ਗਰੀਬ ਤਾਂ ਦੁਖੀ, ਅਮੀਰ ਵੀ ਦੁਖੀ। ਸੋ ਇਨਸਾਨ ਭੁੱਲ ਜਾਂਦਾ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਸਾਧ ਸੰਗਤ ਜੀ, ਮੈਨੂੰ ਮਾਫ਼ ਕਰ ਦੇਣਾ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਫਿਰ ਭੁੱਲਣ ਅੰਦਰ ਸਭ ਕੋ ਅਭੁੱਲ ਗੁਰ ਕਰਤਾਰ। ਸੋ ਇਨਸਾਨ ਭੁੱਲ ਜਾਂਦਾ ਪਰ ਪਰਮਾਤਮਾ ਭੁੱਲੇ ਕੋ ਗੁਰਮਾਰਗ ਪਾਇਆ। ਸੋ ਸਾਧ ਸੰਗਤ ਜੀ, ਅੱਜ ਮੈਂ ਸਕੂਲਾਂ 'ਚ ਜਾ ਕੇ, ਪਿੰਡਾਂ 'ਚ ਜਾ ਕੇ ਬੱਚਿਆਂ ਨੂੰ ਆਪਣੀ ਜੀਵਨ ਕਹਾਣੀ ਸੁਣਾ ਕੇ, ਭਿਖਾਰੀ ਤੋਂ ਰਾਜਾ, ਫਿਰ ਉਸ ਤੋਂ ਵੱਡਾ ਸੁੱਖ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨਾ ਲਈਏ। ਇਹ 10-ਕੁ ਸਾਲ ਪਹਿਲੇ ਮੈਂ 2 ਲੱਖ ਰੁਪਈਆ, ਤਕਰੀਬਨ 2,000 ਪਾਉਂਡ ਕਹੀਏ, ਮੈਂ ਰੋਜ਼ ਦਾ ਕਮਾ ਸਕਦਾ ਸੀ ਸਾਧ ਸਿੰਘ ਜੀ। ਮੈਂ ਬਾਬਾ ਜੀ ਕੋਲ ਅਰਦਾਸ ਕੀਤੀ ਸੀ, ਬਾਬਾ ਜੀ ਤੁਸੀਂ ਮੈਨੂੰ ਭਿਖਾਰੀ ਤੋਂ ਰਾਜਾ ਬਣਾ ਦਿੱਤਾ, ਮੈਂ ਕੱਲ੍ਹ ਮਰ ਜਾਵਾਂ, ਮਹੀਨੇ ਬਾਅਦ ਮਰ ਜਾ, ਨਾਲ ਤਾਂ ਸੂਈ ਨਹੀਂ ਜਾਣੀ ਬਾਬਾ ਜੀ। ਮੈਂ ਤੁਹਾਡਾ ਧੰਨਵਾਦ ਨਹੀਂ ਕੀਤਾ, ਤੁਹਾਡਾ ਥੈਂਕ ਯੂ ਨਹੀਂ ਕੀਤਾ, ਇਹ ਥੈਂਕ ਯੂ ਵਜੋਂ ਮੈਨੂੰ ਭਾਈ ਜਸਵੀਰ ਸਿੰਘ ਖਾਲਸਾ ਖੰਨੇ ਵਾਲੇ, ਕਿਉਂਕਿ ਮੈਨੂੰ ਰਾਗੀ ਪ੍ਰਚਾਰਕ ਲਿਆਉਣ ਦਾ ਬਹੁਤ ਮੌਕਾ ਮਿਲਿਆ ਇੰਗਲੈਂਡ ਦੀ ਧਰਤੀ 'ਤੇ। ਅਤੇ ਉਹ ਰਾਗੀ ਪ੍ਰਚਾਰਕ ਵਿਚਾਰੇ ਮੈਨੂੰ ਕਹਿੰਦੇ ਸੀ ਭਾਈ ਸਾਹਿਬ ਇਸ ਗੁਰਦੁਆਰੇ ਨਹੀਂ ਜਾਣਾ, ਉਸ ਗੁਰਦੁਆਰੇ ਜਾਣਾ,
ਮੈਨੂੰ ਦੁਆਨੀਆਂ ਚੁਆਨੀਆਂ ਵਾਲੇ ਗੁਰਦੁਆਰੇ ਲੈ ਕੇ ਜਾ। ਪਰ ਇਹ ਵਿਚਾਰੇ ਆਪ ਭੁੱਲੇ ਸੀਗੇ, ਮੈਨੂੰ ਤਾਂ ਰਾਗੀ ਪ੍ਰਚਾਰਕਾਂ ਨੇ ਸਿਖਾ ਦਿੱਤਾ ਕਿ ਬਈ ਮਾਇਆ ਪਿੱਛੇ ਪਿੱਛੇ ਆ ਜਾਂਦੀ ਹੈ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਓ ਵੱਧੋ ਜਾਈ। ਇਹ ਭਾਈ ਜਸਵੀਰ ਸਿੰਘ ਖਾਲਸਾ ਖੰਨੇ ਵਾਲੇ ਹੀ ਮੇਰੀ ਤਾਂਗ ਨੂੰ ਸਮਝ ਸਕੇ, ਕਿਉਂਕਿ ਪ੍ਰਚਾਰਕਾਂ ਨੂੰ ਬੁਲਾਉਣ ਦਾ ਮੇਰਾ ਇਹੀ ਕਾਰਨ ਹੁੰਦਾ ਸੀਗਾ ਕਿ ਬਈ ਇਹ ਪ੍ਰਚਾਰਕਾਂ ਦਾ ਕੰਮ ਹੈ ਜੋ ਅੱਜ ਗੁਰੂ ਸਾਹਿਬ ਮੇਰੇ ਕੋਲ ਕਰਾ ਰਿਹਾ ਕਿ ਆਉਣ ਵਾਲੀ ਪਨੀਰੀ ਸੰਭਾਲਣੀ ਆਪਾਂ, ਔਰ ਨਾਲ ਨਾਲ ਬੱਚਿਆਂ ਨੂੰ ਗੁਰਮਤਿ ਵੀ ਦੇਣੀ ਹੈ। ਅਤੇ ਮਾਤਾ ਪਿਤਾ ਭੁੱਲ ਗਏ ਤਾਂ ਬੱਚਿਆਂ ਦਾ ਦਾਦਾ ਜੀ ਨਾਨਾ ਜੀ ਬਣ ਕੇ ਮੈਂ ਪੰਜਾਬ ਵਿੱਚ ਜਾ ਕੇ ਸਕੂਲਾਂ 'ਚ ਲੈਕਚਰ ਦੇਣਾ ਵਾਂ, ਔਰ 40 ਮਿੰਟ ਦੇ ਲੈਕਚਰ 'ਚ ਬੱਚਾ ਮਨ ਬਣ ਜਾਂਦਾ ਬੱਚੇ ਦਾ, ਬਾਬਾ ਜੀ ਅੱਜ ਤੋਂ ਬਾਅਦ ਅਸੀਂ ਵਿਚਾਰ ਵਿਚਾਰ ਕੇ ਪਾਠ ਕਰਿਆ ਕਰਾਂਗੇ ਔਰ ਅਸੀਂ ਗੁਰੂ ਦਾ ਕਹਿਣਾ ਵੀ ਮੰਨਾਂਗੇ। ਤਾਂ ਉਹ ਬੱਚੇ ਫਿਰ ਮੈਨੂੰ 6 ਮਹੀਨੇ ਸਾਲ ਬਾਅਦ ਮਿਲਦੇ ਆ, ਗੁਟਕਾ ਸਾਹਿਬ ਬੱਚਿਆਂ ਨੂੰ ਫ੍ਰੀ ਦੇ ਦੇਈਦਾ। ਫਿਰ ਬੱਚੇ ਮੈਨੂੰ ਕਹਿੰਦੇ ਆ ਕਿ ਸਾ ਬਾਬਾ ਜੀ ਮੇਰੇ ਪਾਪਾ ਸ਼ਰਾਬ ਪੀ ਕੇ ਆਉਂਦੇ ਸੀ, ਆ ਕੇ ਮੰਮੀ ਨੂੰ ਵੀ ਕੁੱਟਦੇ ਸੀ, ਬੱਚਿਆਂ ਨੂੰ ਵੀ ਕੁੱਟਦੇ ਸੀ, ਔਰ ਮੈਂ ਉਸ ਦਿਨ ਰਹਿ ਰਿਹਾ ਪਾਠ ਕਰ ਰਿਹਾ, ਸ਼ਾਮ ਨੂੰ ਪਾਪਾ ਸ਼ਰਾਬ ਪੀ ਕੇ ਆਏ, ਪਾਪਾ ਨੇ ਵੇਖਿਆ ਘਰ 'ਚ ਬਾਣੀ ਬੋਲ ਰਹੀ ਹੈ, ਪਾਪਾ ਨੇ ਸ਼ਰਾਬ ਛੱਡਤੀ, ਅੰਮ੍ਰਿਤ ਛੱਕ ਲਿਆ। ਇਹੋ ਜਿਹੇ ਮੇਰੇ ਕੋਲ ਸੈਂਕੜੇ ਬੱਚੇ ਸਾਧ ਸਿੰਘ ਜੀ, ਇਹ ਗੁਰੂ ਦੀ ਕਿਰਪਾ। ਸੋ ਆਓ ਰਲ ਕੇ ਆਪਾਂ ਇਹ ਸੇਵਾ ਕਰੀਏ, ਜਿੱਥੇ ਬੱਚਿਆਂ ਨੂੰ ਗੁਰੂ ਨਾਲ ਜੋੜਨਾ ਉੱਥੇ ਆਪਾਂ ਬੱਚਿਆਂ ਨੂੰ ਪੜ੍ਹਾਈ ਕਰਾਉਣੀ ਹੈ। 40-50 ਸਾਲ ਪਹਿਲੇ ਕਲਕੱਤਾ ਮਦਰਾਸ ਬੰਗਲੌਰ ਵੀ ਅਨਪੜ੍ਹ ਸੀ ਅਤੇ ਪੰਜਾਬ ਵੀ ਅਨਪੜ੍ਹ ਸੀ, ਅੱਜ ਪੰਜਾਬ ਅਨਪੜ੍ਹ ਦਾ ਅਨਪੜ੍ਹ, ਕਲਕੱਤਾ ਮਦਰਾਸ ਬੰਗਲੌਰ ਅੰਗਰੇਜ਼ੀ ਅੱਜ ਰਿਕਸ਼ਾ ਚਲਾਉਣਾ ਬੋਲਦਾ, ਮਜ਼ਦੂਰ ਅੰਗਰੇਜ਼ੀ ਬੋਲਦਾ, ਜਾਣ ਬੁੱਝ ਕੇ ਸਾਡੇ ਨਾਲ ਚਾਲਾਂ ਚੱਲੀਆਂ ਜਾ ਰਹੀਆਂ। ਇਹਨਾਂ ਨੂੰ ਅਨਪੜ੍ਹ ਰਹਿਣ ਦਿਓ, ਸ਼ਰਾਬਾਂ ਠੇਕੇ ਖੋਲ੍ਹ ਦਿਓ, ਔਰ ਮਾਫ਼ ਕਰਨਾ ਇੱਥੇ ਛੱਡ ਦਿਓ ਬਾਬੇ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਨਾਲ ਤੋੜ ਦੇਣ ਤੁਹਾਨੂੰ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਹੀ ਅੱਜ ਦਾਸ ਤੁਹਾਡੇ ਸਾਹਮਣੇ ਆ, ਜਿਹੜੇ ਅੰਗਰੇਜ਼ ਮੈਨੂੰ ਨੌਕਰੀ ਦਿੰਦੇ ਸੀ, ਅੱਜ ਮੇਰੇ ਕੋਲ ਨੌਕਰੀ ਮੰਗਦੇ ਹੈ, ਇਹ ਬਾਣੀ 'ਚ ਇੰਨੀ ਸ਼ਕਤੀ ਹੈ। ਪਰ ਅੱਜ 16,000 ਬਾਬੇ, 13,000 ਪਿੰਡ, ਸਾਧ ਸਿੰਘ ਜੀ ਆਪਾਂ ਬਹੁਤੇ ਪੰਜਾਬ ਤੋਂ ਹੀ ਆਏ ਹਾਂ, ਆਓ ਆਪਣੇ ਪੰਜਾਬ ਨੂੰ ਬਚਾਉਣਾ ਜੇ, ਅਤੇ ਮਾਫ਼ ਕਰੋ, ਸਮੇਂ ਦੀ ਲੋੜ ਹੈ। ਗੁਰਦੁਆਰੇ ਦੁਨੀਆਂ 'ਚ ਬਣਾਵਾਂਗੇ, ਲੰਗਰ ਸਾਰੀ ਦੁਨੀਆਂ 'ਚ ਛਕਾਵਾਂਗੇ, ਰੁਮਾਲੇ ਹੀਰਿਆਂ ਦੇ ਵੀ ਥੋੜ੍ਹੇ ਮੇਰੇ ਗੁਰੂ ਸਾਹਿਬ ਵਾਸਤੇ, ਪਰ ਸਮੇਂ ਦੀ ਲੋੜ, ਅਕਲੀ ਕੀਚੇ ਦਾਨ, ਅੱਜ ਬਾਂਹ ਫੜੋ ਇੱਕ ਇੱਕ ਬੱਚੇ ਦੀ ਪੰਜਾਬ ਦੇ ਦੀ, ਅਤੇ ਇੱਥੋਂ ਬੱਚਿਆਂ ਨੂੰ ਜਿਹੜੇ ਪੜ੍ਹਾਈਆਂ 'ਚ ਹੁਸ਼ਿਆਰ ਹੋਣ ਗਏ ਬੱਚੇ, ਉਹਨਾਂ ਨੂੰ ਆਪਾਂ ਫੀਸਾਂ ਦੇਈਏ। ਉਹ ਬੱਚੇ ਦੀ ਬਾਂਹ ਮੈਂ ਸੰਗਤ ਨੂੰ ਫੜਨ ਨੂੰ ਕਹਿੰਦਾ ਵਾਂ, 5,000 ਬੱਚਿਆਂ ਦੀ ਫੀਸਾਂ ਇਸ ਸੰਗਤ ਦੇ ਸਹਿਯੋਗ ਨਾਲ ਬੱਚਿਆਂ ਨੂੰ ਪੇ ਹੋ ਰਹੀਆਂ, ਤਕਰੀਬਨ 50,000 ਪਾਉਂਡ ਮਹੀਨੇ ਦਾ, 40 ਲੱਖ ਰੁਪਇਆ ਮਹੀਨੇ ਦਾ ਬੱਚਿਆਂ ਨੂੰ ਫੀਸਾਂ, $20, $25, $20, $25 ਪਰ ਮੰਥ ਨਾਲ ਬੱਚਾ ਪੜ੍ਹਾਈ ਕਰ ਜਾਂਦਾ ਸਾਧ ਸਿੰਘ ਜੀ। ਅਤੇ ਕੀ ਆ ਸਾਡੇ ਲਈ ਇਹਨਾਂ ਮੁਲਕਾਂ 'ਚ 20-25 ਪਾਉਂਡ ਮਹੀਨੇ ਦਾ? ਇੱਕ ਇੱਕ ਬੱਚੇ ਦੀ ਬਾਂਹ ਫੜੀਏ। educatepunjab.net ਸਾਰਾ ਕੁਝ ਥੱਲੇ ਲਿਖਿਆ ਆ ਰਿਹਾ, ਅਤੇ ਆਪ ਫੋਨ ਕਰੋ, ਇਹ ਬੱਚੇ ਦਾ ਤੁਹਾਨੂੰ ਨੰਬਰ ਦਿੱਤਾ ਜਾਏਗਾ, 20 ਪਾਉਂਡ ਜਾਂ 25 ਪਾਉਂਡ ਜਾਂ 30 ਪਾਉਂਡ ਜੋ ਵੀ ਤੁਸੀਂ ਬੱਚੇ ਲਈ ਦਿਓਗੇ ਡਾਇਰੈਕਟ ਡੈਬਿਟ ਦੇ ਥਰੂ, ਉਹ ਪੂਰੇ ਦੇ ਪੂਰੇ 100% ਬੱਚੇ ਦੀ ਫੀਸ 'ਤੇ ਲੱਗਣਗੇ, ਅਸੀਂ ਵਿੱਚੋਂ ਇੱਕ ਪੈਸਾ ਨਹੀਂ ਰੱਖਦੇ ਸਾਧ ਸਿੰਘ ਜੀ। ਇਹ ਤੁਸੀਂ ਬੱਚੇ ਦਾ ਫੋਨ ਨੰਬਰ ਲੈ ਕੇ ਅਤੇ ਬੱਚੇ ਨੂੰ ਫੋਨ ਕਰਕੇ ਪੁੱਛ ਲਓ, ਕਿਉਂਕਿ ਹੁਣ ਮੈਨੇਜਮੈਂਟ, ਮਾਫ਼ ਕਰਨਾ, 6 ਭੈਣ ਭਰਾ, ਵੱਡੇ ਵੱਡੇ ਕਾਰੋਬਾਰ ਹੈ ਸਾਡੇ। ਅੱਜ 2 ਲੱਖ ਰੁਪਇਆ ਰੋਜ਼ ਦੀ ਮੇਰੀ ਇਨਕਮ ਹੈ, 2,000 ਪਾਉਂਡ ਰੋਜ਼ ਦੀ ਇਨਕਮ ਹੈ, ਮੇਰੇ ਵੱਡੇ ਭਰਾ ਗਲਾਸਗੋ ਹੁੰਦੇ ਆ ਛੋਟੇ ਵੱਡੇ ਉੱਤੇ, ਅਤੇ ਅਸੀਂ ਸਾਰਾ ਪਰਿਵਾਰ ਆਪਣਾ ਦਸਵੰਧ ਮੈਨੇਜਮੈਂਟ 'ਤੇ ਲਗਾਉਂਦੇ ਹਾਂ। 135 ਬੰਦੇ ਮੇਰੇ ਕੋਲ ਪੰਜਾਬ ਵਿੱਚ ਕੰਮ ਕਰ ਰਹੇ ਆ ਸਾਧ ਸਿੰਘ ਜੀ, ਅਤੇ ਉਹ ਸਾਰਿਆਂ ਦੀ ਸੇਵਾ ਫਲ ਅਸੀਂ ਆਪਣੇ ਕੋਲੋਂ ਦੇਣੇ ਹਾਂ। ਤੁਹਾਡੀ ਸਪੋਂਸਰ ਕੀਤੇ ਹੋਏ ਬੱਚੇ, ਉਹਨਾਂ ਨੂੰ 100% ਕੋਈ ਸੰਸਥਾ ਨਹੀਂ ਕਰੇਗੀ। ਅੱਜ ਤੁਹਾਡੇ ਦਿੱਤੇ ਹੋਏ ਪੈਸੇ ਉੱਥੇ ਪਹੁੰਚਦੇ ਵੀ ਨਹੀਂ, ਮਾਫ਼ ਕਰਨਾ, ਤੁਸੀਂ ਪੜ੍ਹਾਈਆਂ ਜੋਗੇ ਪੈਸੇ ਤਾਂ ਬੱਚੇ ਨੂੰ ਦੇ ਦਿੰਦੇ ਹੋ, ਡਾਕਟਰ ਤਾਂ ਬਣਾ ਦਿੰਦੇ ਹੋ, ਪਰ ਕਿਡਨੀਆਂ ਵੇਚਣ ਵਾਲਾ ਡਾਕਟਰ, ਜੋ ਗੁਰਸਿੱਖ ਡਾਕਟਰ ਹੋਏਗਾ ਉਹ ਕਿਡਨੀਆਂ ਨਹੀਂ ਵੇਚੇਗਾ। ਜੱਜ ਬਣਾ ਦਿੱਤਾ ਤੁਸੀਂ, ਪਰ ਉਹ ਜੱਜ ਰਿਸ਼ਵਤ ਲੈਣ ਵਾਲਾ ਜੱਜ ਉਹ ਨਹੀਂ ਬਣਾਉਣੇ ਆਪਾਂ, ਗੁਰੂ ਦੀ ਮੱਤ ਨਾਲ ਹੋਏਗੀ। ਤੋ ਸਾਧ ਸਿੰਘ ਜੀ, ਆਓ ਰਲ ਕੇ ਆਪਾਂ ਇਸ ਸੇਵਾ 'ਚ, ਕਿਉਂਕਿ ਵੀਰ ਜੀ ਭਾਈ ਜਸਵੀਰ ਸਿੰਘ ਖਾਲਸਾ ਖੰਨੇ ਵਾਲੇ, ਉਹਨਾਂ ਨੇ ਮੈਨੂੰ ਕਿਹਾ ਸੀ ਆਉਣ ਵਾਲੀ ਪਨੀਰੀ ਸੰਭਾਲੀਏ, ਔਰ ਨਾਲ ਨਾਲ ਇਹਨਾਂ ਨੂੰ ਬੜੀਆਂ ਪੜ੍ਹਾਈਆਂ ਕਰਾਈਏ। ਉਹਦੇ ਲਈ ਕਿ ਦਾਸ ਨੇ ਜਿਹੜਾ ਇੱਕ ਸਕੂਲ ਖੋਲ੍ਹਿਆ ਸੀ 7-8 ਸਾਲ ਪਹਿਲੇ, ਅੱਜ ਸੰਗਤ ਆਪ ਕਹਿੰਦੀ ਹੈ, ਕਿਉਂਕਿ ਉਹਨਾਂ ਨੂੰ ਲੰਗਰ ਹਾਲ ਬਣਾਉਣੇ ਆ ਗਏ ਪ੍ਰਬੰਧਕਾਂ ਨੂੰ, ਪਿੰਡਾਂ ਦੇ ਗੁਰਦੁਆਰੇ ਵੱਡੇ ਕਰਨੇ ਆ ਗਏ, ਪਰ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਕੂਲ ਵੀ ਖੋਲ੍ਹਣਾ ਇੱਥੇ। ਅਤੇ ਉਹ ਸਕੂਲ ਖੋਲ੍ਹਣ ਵਾਸਤੇ ਮੈਂ ਪਿੰਡਾਂ ਵਾਲਿਆਂ ਨੂੰ ਕਹਿੰਦਾ ਹੁੰਦਾ, ਸਾਰੇ ਪਿੰਡਾਂ ਵਾਲਿਓ ਤੁਹਾਡੇ ਕੋਲ ਬੜੀਆਂ ਜ਼ਮੀਨਾਂ ਉੱਥੇ ਪਈਆਂ, ਅਤੇ ਮੈਂ ਜ਼ਮੀਨ ਵੀ ਨਹੀਂ ਮੰਗਦਾ, ਮੈਂ ਬਿਲਡਿੰਗ ਨਹੀਂ ਮੰਗਦਾ, ਜ਼ਮੀਨ ਵੀ ਆਪਣੇ ਕੋਲ ਰੱਖੋ, ਬਿਲਡਿੰਗ ਵੀ ਆਪਣੇ ਕੋਲ ਰੱਖੋ। ਆਪਾਂ 100 ਸਕੂਲ ਘੱਟੋ ਘੱਟ ਦਾਸ ਨੇ ਸੇਵਾ ਆਪਣੇ ਜ਼ਿੰਮੇ ਲਈ ਹੈ, ਅਤੇ 9 ਸਕੂਲ ਖੁੱਲ੍ਹ ਚੁੱਕਿਆ ਉੱਥੇ, ਅਤੇ ਮੇਰੇ ਲੁਧਿਆਣੇ ਸਕੂਲ ਨੂੰ ਆਪ ਆ ਕੇ ਵਿਜ਼ਿਟ ਕਰੋ, ਵੇਖੋ ਉਹਨੂੰ, ਜਿਹੜੇ ਕਿ 50 ਲੱਖ ਬੰਦੇ ਵੇਖ ਚੁੱਕੇ ਆ। ਉਸ ਤਰ੍ਹਾਂ ਦੀ ਪੜ੍ਹਾਈ ਆਪਾਂ ਬੱਚਿਆਂ ਨੂੰ ਕਰਾਈਏ, ਇਹ ਬਹੁਤਾ ਸਮਾਂ ਨਹੀਂ ਲੱਗੇਗਾ, ਅਸੀਂ ਪੰਜਾਬ ਸਾਰਾ ਖਤਮ ਕਰ ਲਿੱਤਾ, ਕਿਉਂਕਿ ਕੁਛ ਸਾਡੇ ਲੀਡਰਾਂ ਦਾ ਕਸਰ, ਕੁਝ ਨਸ਼ੇ ਨੇ ਖਤਮ ਕਰਤਾ, ਜੇ ਗੁਰੂ ਨਾਲ ਟੁੱਟੇ ਹੋਏ ਹਾਂ, ਗੁਰੂ ਨਾਲ ਜੁੜ ਕੇ ਆਪਾਂ ਨਸ਼ਾ ਨਹੀਂ ਆਏਗਾ ਸਾਧ ਸਿੰਘ ਜੀ। ਸੋ ਆਓ ਰਲ ਕੇ ਸੇਵਾ ਕਰੀਏ, ਬਜਾਏ ਹੁਣ ਹੋਰ ਗੁਰਦੁਆਰੇ ਜਾਂ ਲੰਗਰ ਜਾਂ ਲੰਗਰ ਹਾਲ ਵੱਡੇ ਕਰੀਏ, ਅਸੀਂ ਛੋਟਾ ਜਿਹਾ ਸਕੂਲ ਸ਼ੁਰੂ ਕਰਨਾ। ਕਿਸ ਤਰ੍ਹਾਂ? 2.5 ਕਮਰਿਆਂ ਦਾ ਸਕੂਲ ਸ਼ੁਰੂ ਕਰੀਦਾ, ਜ਼ਮੀਨ ਵੀ ਤੁਹਾਡੀ, ਬਿਲਡਿੰਗ ਵੀ ਤੁਹਾਡੀ, ਬਸ 2.5 ਕਮਰੇ ਤਿਆਰ ਕਰ ਦਿਓ, ਟੀਚਰ ਤੁਹਾਡੇ ਉਸ ਪਿੰਡ ਦੇ ਬੱਚੀਆਂ ਜਿਹੜੀਆਂ ਨੂੰ ਅੱਜ ਨੌਕਰੀ ਕੋਈ ਨਹੀਂ ਮਿਲ ਰਹੀ,
ਅਸੀਂ ਵਧੀਆ ਟ੍ਰੇਨਿੰਗ ਦੇ ਕੇ 6 ਹਫ਼ਤੇ ਦੀ ਟ੍ਰੇਨਿੰਗ ਬੱਚੀਆਂ ਨੂੰ ਦੇਈ ਦੀ ਹੈ, ਉਹ ਬੱਚੀਆਂ ਤੁਹਾਡੇ ਬੱਚਿਆਂ ਨੂੰ ਪੜ੍ਹਾਉਣਗੀਆਂ, ਬੱਚੇ ਵੀ ਤੁਹਾਡੇ ਪਿੰਡ ਦੇ ਇਰਦ ਗਿਰਦ ਦੇ ਨਿੱਕੇ 3 ਸਾਲ ਦੇ ਬੱਚੇ ਲੈਂਦੇ ਹਾਂ ਅਸੀਂ, ਔਰ ਉਹ 3 ਸਾਲ ਦੇ ਬੱਚੇ ਤੋਂ ਸ਼ੁਰੂ ਕਰੀਏ, ਔਰ ਇਹ ਸਕੂਲ ਵੀ ਤੁਹਾਡਾ, ਬਿਲਡਿੰਗ ਵੀ ਤੁਹਾਡੀ, ਜ਼ਮੀਨ ਵੀ ਤੁਹਾਡੀ, ਟੀਚਰਾਂ ਵੀ ਤੁਹਾਡੀਆਂ, ਔਰ ਬੱਚੇ ਵੀ ਤੁਹਾਡੇ। 10 ਨੂੰ ਸਿਰਫ ਬੱਚਿਆਂ ਦੀਆਂ ਫੀਸਾਂ, ਜਿਵੇਂ ਭਗਤ ਪੂਰਨ ਸਿੰਘ ਟੋਕਰੀ ਚੁੱਕ ਕੇ ਲੂਲਿਆਂ ਲੰਘਣਿਆਂ ਵਾਸਤੇ ਚੱਲ ਪਿਆ ਸੀਗਾ ਸਾਰੀ ਦੁਨੀਆ 'ਚ, ਇਸ ਤਰ੍ਹਾਂ 10 ਝੋਲੀ ਅੜਦਾ ਸਾਰੇ ਸੰਸਾਰ 'ਚ ਜਾ ਕੇ। ਆਪਣੇ ਵੀਰਾਂ ਭੈਣਾਂ ਨੂੰ ਕਹਿੰਦਾ, ਆਓ ਇੱਕ ਇੱਕ ਬੱਚੇ ਦੀ ਬਾਂਹ ਫੜ ਲਓ, ਅਤੇ ਆਪਾਂ 100 ਸਕੂਲ ਆਪਾਂ ਪੰਜਾਬ 'ਚ ਖੋਲ੍ਹਣੇ ਆ। ਹੁਣ ਸਕੂਲ ਖੋਲ੍ਹਣ ਦੀ ਲੋੜ ਹੈ ਸਾਧ ਸਿੰਘ ਜੀ, ਸੋ 10 ਸਾਲ ਲਈ ਮੈਨੂੰ ਇੱਕ ਪੱਟਾ ਲਿਖ ਦਿਓ, ਜਿਹਨੂੰ ਆਪਾਂ ਲੀਸ ਕਹਿੰਦੇ ਹਾਂ, ਕਿ ਬਈ ਇਹ ਸਕੂਲ ਆਪ ਜੀ 10 ਸਾਲ ਲਈ ਸਾਨੂੰ ਦੇ ਦਿਓਗੇ। 3-4 ਸਾਲ ਬਾਅਦ ਤੁਸੀਂ ਵੇਖਣਾ, ਇਹ ਹੁਣ ਜਿੰਨੇ ਵੀ ਆਪਾਂ ਲੰਗਰ ਹਾਲ ਵੱਡੇ ਕਰ ਰਹੇ ਹਾਂ ਨਾ, ਇਹ ਸਾਰੇ ਸਕੂਲ ਖੋਲ੍ਹਣ ਲੱਗ ਪੈਣਗੇ, ਕਿਉਂਕਿ ਹੁਣ ਸਮਝ ਆ ਗਈ ਹੈ ਮੇਰੇ ਵੀਰਾਂ ਭੈਣਾਂ ਨੂੰ ਕਿ ਸਮੇਂ ਦੀ ਲੋੜ ਹੈ, ਪੜ੍ਹਾਈ ਕਰਾਈਏ ਬੱਚਿਆਂ ਨੂੰ, ਵਾਧੂ ਪੜ੍ਹਾਈ ਕਰਾਈਏ। ਸੋ ਉਹਦੇ ਲਈ ਸਕੂਲ ਖੋਲ੍ਹਣੇ ਪੈਣਗੇ, ਸਿਰਫ 2.5 ਕਮਰੇ ਆਪਾਂ ਹਰ ਸਾਲ 2.5 ਕਮਰੇ ਔਰ 50 ਬੱਚੇ ਵਧਾ ਦੇਵਾਂਗੇ ਅਸੀਂ, ਔਰ ਉਹ ਸਕੂਲ ਖੁੱਲ੍ਹਦੇ ਖੁੱਲ੍ਹਦੇ ਇੱਕ ਦਿਨ ਕੀ ਹੋਏਗਾ, 12ਵੀਂ ਤੱਕ ਅਸੀਂ ਬੱਚਿਆਂ ਨੂੰ ਪੜ੍ਹਾਈ ਕਰਾਵਾਂਗੇ, 12ਵੀਂ ਦੇ ਬੱਚੇ ਜਿਹੜੇ ਹੋਣਗੇ ਕੌਮ ਦੇ ਥੰਮ ਹੋਣਗੇ, ਗੁਰਮਤਿ 'ਚ ਬੜੇ ਹੁਸ਼ਿਆਰ ਹੋਣਗੇ, ਔਰ ਚੰਗੀ ਵੱਡੀ ਪੜ੍ਹਾਈ ਕੀਤੀ ਹੋਏਗੀ, 90-90% ਲੈ ਕੇ ਬੱਚੇ ਆਉਣ ਵਾਲੇ ਗੁਰਸਿੱਖ ਡਾਕਟਰ, ਗੁਰਸਿੱਖ ਇੰਜੀਨੀਅਰ, ਗੁਰਸਿੱਖ ਅਫਸਰ ਅਸੀਂ ਤਿਆਰ ਕਰਾਂਗੇ। ਸੋ ਹਰ ਸਾਲ 2 ਕਮਰੇ ਤੁਸੀਂ ਵਧਾ ਦਿਓ, 2.5 ਕਮਰੇ ਤੁਸੀਂ ਸ਼ੁਰੂ ਕਰਦੇ ਹਾਂ, ਕੋਈ ਬਹੁਤਾ ਵੱਡਾ ਖਰਚਾ ਨਹੀਂ ਹੈ, ਪਿੰਡ ਵਾਲੇ ਰਲ ਕੇ ਅੱਜ ਕਰੀ ਜਾ ਰਹੇ ਹੈ ਕਿ ਅਸੀਂ 9 ਸਕੂਲ ਟੋਟਲ ਸਾਡੇ ਖੁੱਲ੍ਹ ਚੁੱਕੇ ਆ। ਸੋ ਫਿਰ ਦਾਸ ਬੇਨਤੀ ਕਰਦਾ ਔਰ ਸਮਝਾਉਂਦਾ ਆਪ ਜੀ ਨੂੰ, ਨਾ ਦਾਸ ਨੂੰ ਪੈਸੇ ਚਾਹੀਦੇ ਆ, ਧਰਮ ਦੇ ਨਾਂ 'ਤੇ ਬੜੀ ਲੁੱਟ ਕਸੁੱਟ ਹੋ ਰਹੀ ਹੈ, ਤਾਂ ਦਾਸ ਨੂੰ ਇੰਨਾ ਜ਼ੋਰ ਕਰੋ ਕਿ ਇਹ ਬੱਚਿਆਂ ਦੀਆਂ ਬਾਹਾਂ ਫੜ ਫੜ ਕੇ ਆਪ ਸਪੋਂਸਰ ਕਰ ਦਿਓ। ਮੈਂ ਬੱਚੇ ਪਿੰਡਾਂ 'ਚੋਂ ਚੁਣ ਚੁਣ ਕੇ ਲੈ ਕੇ ਆਉਂਦਾ ਵਾਂ, ਜਿੱਥੇ ਆਪਣੇ ਸਕੂਲ ਖੋਲ੍ਹ ਰਹੇ ਹਾਂ ਉੱਥੇ ਦੂਜੇ ਸਕੂਲਾਂ ਵਿਚਕਾਰ ਜਿੱਥੇ ਵੀ ਬੱਚਾ ਪੜ੍ਹਾਈ ਕਰਦਾ ਉੱਥੇ ਬੱਚਾ 90% ਨੰਬਰ ਲੈ ਕੇ ਆ ਰਿਹਾ, ਅਤੇ ਉਹਦੀ ਫੀਸ ਪੇ ਕਰ ਦਿਓ। ਇਹ ਬੱਚੀ ਤੁਹਾਡੇ ਕੋਲ ਯੂਟਿਊਬ 'ਤੇ ਜਾ ਕੇ ਦੇਖ ਲਓ, educatepunjab.net 'ਤੇ 6 ਮਿੰਟ ਦਾ ਉਹ ਬੋਲਦੀ ਵੀ ਹੈ ਬੱਚੀ, ਉਹ ਬੂਟਰ ਪਿੰਡ ਮੋਗੇ ਦੀ ਬੱਚੀ ਹੈ, ਔਰ ਉਹ ਬੱਚੀ 84% ਨੰਬਰ ਲੈ ਕੇ ਆਈ ਸੀ 12ਵੀਂ 'ਚ, ਪੜ੍ਹਾਕੂ ਬੱਚੀ, ਪਰ ਡੈਡੀ ਉਹਦਾ ਨਸ਼ੇੜੀ, ਘਰ 'ਚ ਗਰੀਬੀ, ਮਾਤਾ ਅਨਪੜ੍ਹ, ਵੀਰੇ ਦੇ ਕੇਸ ਕੋਈ ਨਾ, ਅਤੇ ਬੱਚੀ ਅਮਰੂਦ ਦਾ ਪੇੜ ਘਰ ਲੱਗਾ ਹੋਇਆ, ਅਮਰੂਦ ਤੋੜ ਕੇ ਜਾਂਦੀ ਸੀਗੀ, ਔਰ ਉਹ ਜਾ ਕੇ ਕਿਤਾਬਾਂ ਜੋ ਕੇ ਪੈਸੇ ਇਕੱਠੇ ਕਰਦੀ ਸੀ। ਉਹ ਕਹਿੰਦੀ, ਬਾਬਾ ਜੀ ਮੈਂ ਵੀ ਅੱਜ ਤੋਂ ਬਾਅਦ ਵਿਚਾਰ ਕੇ ਪਾਠ ਵੀ ਕਰਾਂਗੀ ਔਰ ਪਰਮਾਤਮਾ ਦਾ ਕਹਿਣਾ ਵੀ ਮੰਨਾਂਗੀ। ਬੱਚੀ ਜਗਜੋਤ ਕੌਰ, ਉਸ ਬੱਚੀ ਨੇ ਮੇਰਾ ਕਹਿਣਾ ਮੰਨਦੇ ਹੋਏ ਅਸੀਂ ਉਹਦਾ ਕਹਿਣਾ ਮੰਨਦੇ ਹੋਏ ਫੀਸ ਦੇਣੀ ਸ਼ੁਰੂ ਕਰ ਦਿੱਤੀ, ਔਰ 3 ਸਾਲਾਂ 'ਚ ਬੀਟੈਕ ਕਰਾ ਕੇ 94% ਮਾਰਕਸ ਲੈ ਕੇ ਆਈ, 13 ਲੱਖ ਦੇ ਕੇ ਉਹਨੂੰ ਕੈਨੇਡਾ ਭੇਜ ਦਿੱਤਾ। ਸਾਧ ਸੰਗਤ ਜੀ ਉੱਥੇ 3 ਸਾਲ ਬੱਚੀ ਨੇ ਪੜ੍ਹਾਈ ਕੀਤੀ ਔਰ ਵੱਡੀ ਪੜ੍ਹਾਈ ਕਰਕੇ ਉਹ ਬੱਚੀ ਉੱਥੇ ਇੰਟਰਨੈਸ਼ਨਲ ਕੰਪਨੀ 'ਚ ਕਾਰ $60,000 $32 ਲੱਖ ਸਾਲ ਦੀ ਨੌਕਰੀ ਲੱਗ ਗਈ, ਔਰ 3 ਸਾਲਾਂ ਦੇ ਅੰਦਰ ਉਸ ਬੱਚੀ ਨੇ ਆਪਣੇ ਪਿਤਾ ਨੂੰ ਨਸ਼ੇੜੀ ਤੋਂ ਅੰਮ੍ਰਿਤਧਾਰੀ ਸਿੰਘ ਬਣਾ ਦਿੱਤਾ, ਵੀਰੇ ਦੇ ਕੇਸ ਰਖਾ ਦਿੱਤੇ। ਸੋ ਸਾਧ ਸੰਗਤ ਜੀ ਉਹ ਬੱਚੀ 80,000 ਰੁਪਇਆ ਦਸਵੰਧ ਲੈ ਕੇ ਮੇਰੇ ਕੋਲ ਦਸੰਬਰ 'ਚ ਆਈ ਸੀਗੀ, ਬਾਬਾ ਜੀ ਲੈ ਲਓ 80,000 ਰੁਪਇਆ ਮੈਂ ਦਸਵੰਧ ਇਕੱਠਾ ਕੀਤਾ। ਮੈਂ ਕਿਹਾ ਬੇਟੇ ਮੇਰੇ ਵਰਗੇ ਪਖੰਡੀ ਨੂੰ ਨਾ ਦੇ, ਇੱਥੇ ਬੜੇ ਹੋਰ ਫਿਰਦੇ ਪਖੰਡੀ, ਤੂੰ ਆਪਣੇ ਪਿੰਡ ਦਾ ਇੱਕ ਬੱਚਾ ਹੋਰ ਆਪਣੇ ਵਰਗਾ ਬਣਾ ਦੇ। ਸੋ ਸਾਧ ਸੰਗਤ ਜੀ ਇੱਦਾਂ ਦੇ ਬੱਚੇ ਤਿਆਰ ਕਰੀਏ, ਇਹ ਕੌਮ ਦੇ ਹੀਰੇ ਤਿਆਰ ਕਰਨੇ ਆ। ਸੋ ਆਪਾਂ ਰਲ ਕੇ ਕਰ ਸਕਦੇ ਹਾਂ। ਸੋ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਦੀ ਲੋੜ ਹੋਵੇ, ਬਈ ਸਕੂਲ ਕਿਵੇਂ ਖੋਲ੍ਹਣੇ ਆ, ਕਿਉਂਕਿ ਮੈਨੂੰ ਬਹੁਤ ਵੀਰ ਫੋਨਾਂ ਕਰਦੇ ਆ, ਨਾ ਤੁਹਾਡੀ ਜ਼ਮੀਨ ਚਾਹੀਦੀ ਹੈ ਨਾ ਮੈਨੂੰ ਬਿਲਡਿੰਗ ਚਾਹੀਦੀ ਹੈ, ਕਿਉਂਕਿ ਤੁਸੀਂ ਅੱਗੇ ਜ਼ਮੀਨਾਂ ਦਿੱਤੀਆਂ ਸਾਧ ਸਿੰਘ ਜੀ, ਤੁਸੀਂ ਬਿਲਡਿੰਗਾਂ ਵੀ ਬਣਾ ਕੇ ਦਿੱਤੀਆਂ ਬਾਹਰਲਿਆਂ ਨੇ, ਉਹ 129 ਅਕੈਡਮੀਆਂ 30 ਅਕੈਡਮੀਆਂ ਖੁੱਲ੍ਹੀਆਂ ਉੱਥੇ ਪੰਜਾਬ 'ਚ, ਅਤੇ 35,000 ਰੁਪਇਆ ਫੀਸ ਮੰਗਦੇ ਜੇ, ਦੱਸੋ ਹੁਣ ਜ਼ਮੀਨ ਵੀ ਤੁਹਾਡੀ, ਬਿਲਡਿੰਗ ਵੀ ਤੁਹਾਡੀ, ਅਤੇ ਉਹ 35,000 ਗਰੀਬ ਵਿਚਾਰਾ 500 ਰੁਪਇਆ ਰੋਜ਼ ਦਾ ਕਮਾਉਣ ਵਾਲਾ ਕਿੱਥੋਂ ਦੇਵੇਗਾ 35,000 ਮਹੀਨਾ, 4-5 ਬੱਚੇ ਉਹਦੇ। ਅਤੇ ਫਿਰ ਸਭ ਤੋਂ ਵੱਡੇ ਖਤਰਨਾਕ ਦੀ ਗੱਲ, ਅਕੈਡਮੀਆਂ ਦੇ ਵਿਚਕਾਰ ਉਹ ਕਹਿੰਦੇ ਜੇ ਕਿ ਜੇ ਤੁਸੀਂ ਬੱਚੇ ਉਹ ਪੰਜਾਬੀ ਬੋਲੋਗੇ ਤੁਹਾਨੂੰ 500 ਰੁਪਇਆ ਫਾਈਨ ਹੈ, ਪੰਜਾਬ 'ਚ ਰਹਿ ਕੇ ਸਾਨੂੰ ਹਿੰਦੀ ਅਤੇ ਅੰਗਰੇਜ਼ੀ ਬੁਲਾਈ ਜਾ ਰਹੀ ਹੈ, ਮਾਂ ਪਿਓ ਬੜੇ ਖੁਸ਼ ਹੈ ਅੰਗਰੇਜ਼ੀ ਬੱਚਾ ਬੋਲਣ ਲੱਗ ਪਿਆ। ਸਾਧ ਸਿੰਘ ਜੀ ਹਿੰਦੀ ਵੀ ਬੋਲੋ, ਪੰਜਾਬੀ ਵੀ ਬੋਲੋ, ਅੰਗਰੇਜ਼ੀ ਵੀ ਬੋਲੋ, ਪਰ ਹਿੰਦੀ 'ਤੇ ਕਿਉਂ ਬੈਨ ਲੱਗ ਰਿਹਾ, ਹਿੰਦੀ ਨਹੀਂ ਬੋਲਣ ਦੇ ਰਹੇ, 500 ਰੁਪਇਆ ਫਾਈਨ ਰੱਖ ਦਿੱਤਾ, ਤੁਸੀਂ ਪੈਸੇ ਦਿੱਤੇ, ਤੁਸੀਂ ਬਿਲਡਿੰਗਾਂ ਬਣਾ ਕੇ ਦਿੱਤੀਆਂ। ਸੋ ਸਾਧ ਸਿੰਘ ਜੀ ਇਹ ਦਾਸ ਇਸੇ ਕਰਕੇ ਨਾ ਕੋਈ ਪੈਸਾ ਧੇਲਾ ਨਹੀਂ ਮੰਗਦਾ, ਸਾਧ ਸਿੰਘ ਜੀ ਆਪ ਨਾਲ ਤੁਰ ਪਾਓ ਮੇਰੇ ਨਾਲ, 13,000 ਪਿੰਡ ਬਚਾਉਣੇ ਜੇ, ਇਹ ਬਾਬੇ ਆਪੇ ਦੁਮ ਦਵਾ ਕੇ ਭੱਜ ਜਾਣਗੇ ਜਿਹੜੇ ਅੱਜ ਬਾਬੇ ਪਿੰਡਾਂ 'ਚ ਆ ਗਏ, ਮਾਫ਼ ਕਰਨਾ, ਅਨਪੜ੍ਹਤਾ ਦਾ ਨਜਾਇਜ਼ ਫਾਇਦਾ ਲੈ ਰਹੇ ਆ, ਭੋਲੀਆਂ ਭਾਲੀਆਂ ਭੈਣਾਂ, ਧਾਗੇ, ਤਵੀਜ਼ਾਂ, ਮੁੰਦਰੀਆਂ, ਮਸਾਣਾਂ ਦੇ ਉੱਤੇ ਮੱਥੇ ਟੇਕਣਾ, ਅੱਗੋਂ ਬੱਚਿਆਂ ਨੂੰ ਮੇਰਾ ਭੈਣਾਂ ਸਿਖਾਈ ਜਾ ਰਹੀਆਂ। ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਜਾਈਏ, ਮੈਂ ਉਹਨਾਂ 'ਚੋਂ ਇੱਕ ਹੈਗਾ ਵਾਂ, ਦਿੰਦਾ ਦੇ ਲੈਂਦੇ ਥੱਕ ਪਾਏ, ਜਾਂ ਜੋ ਮੰਗੇ ਠਾਕਰ ਆਪਣੇ 'ਤੇ ਸੋਈ ਸੋਈ ਦੇਵੇ। ਮੈਂ ਤਾਂ ਥੋੜ੍ਹਾ ਮੰਗਿਆ ਜ਼ਿੰਦਗੀ 'ਚ, ਮੈਨੂੰ ਪਰਮਾਤਮਾ ਨੇ ਬਹੁਤਾ ਦਿੱਤਾ, ਮੈਂ ਲੈਣ ਵਾਲਾ ਥੱਕ ਗਿਆ, ਦੇਣ ਵਾਲਾ ਨਹੀਂ ਥੱਕਿਆ, ਇਹ ਮੈਂ ਸੱਚ ਬੋਲਦਾ, ਗੁਰੂ ਸਾਹਿਬ ਜ਼ਰੂਰੀ ਗੱਲਾਂ ਕਰਦਾ। ਇਹੀ ਸਿੱਖਿਆ ਮੈਂ ਆਪਣੇ ਬੱਚਿਆਂ ਦਿੱਤੀ ਸੀ ਇੰਗਲੈਂਡ 'ਚ, ਬੇਟਾ ਮੇਰਾ ਲੰਡਨ ਸਕੂਲ ਆਫ ਇਕਨੋਮਿਕਸ ਤੋਂ MBA ਕੀਤੀ ਹੈ, ਅਖੰਡ ਪਾਠ ਸਾਹਿਬ ਦਾ ਕੀਰਤਨ ਵੀ ਕਰਦਾ, ਬੱਚੀ ਮੇਰੀ ਮੇਰਾ ਕਾਰੋਬਾਰ ਸੰਭਾਲਦੀ ਹੈ,
ਔਰ ਅਖੰਡ ਪਾਤਸ਼ਾਹਾਂ ਦੀ ਕੀਰਤਨ ਵੀ ਕਰਦੀ ਹੈ। ਸੋ ਆਪਾਂ ਕਿਉਂ ਨਹੀਂ, ਆਪਾਂ ਘੱਟੋ ਘੱਟ ਆਪਣੇ ਪੰਜਾਬ ਦੀਆਂ ਸਾਰੇ ਜਿੰਨੇ ਬਾਹਰਲੇ ਮੁਲਕਾਂ 'ਚ ਆਏ ਹੋਏ ਹਾਂ, ਮੈਂ ਬੇਨਤੀ ਕਰਦਾ ਹਾਂ, ਸਾਰਾ ਯੂਰਪ ਮੈਨੂੰ ਸੁਣਦਾ ਦੇਖਦਾ ਹੈਗਾ, ਆਓ ਰਲ ਕੇ ਆਪਾਂ ਉੱਠ ਕੇ ਇੱਕ ਇੱਕ ਬੱਚੇ ਦੀ ਬਾਂਹ ਫੜੀਏ। ਸਾਡੇ ਤੁਸੀਂ ਸਕਰੀਨ 'ਤੇ ਆਉਂਦੇ ਹੋਏ ਨੰਬਰਾਂ 'ਤੇ ਜਾਂ ਈਮੇਲ ਆਈ ਡੀ ਸਾਡੀ ਲੈ ਲਓ, ਯੂਟਿਊਬ 'ਤੇ ਦੇਖ ਲਓ ਜਾਂ ਸਾਨੂੰ ਵੈਬਸਾਈਟ 'ਤੇ ਦੇਖ ਲਓ, ਬੱਚੇ ਵੈਬਸਾਈਟ 'ਤੇ ਮਿਲ ਜਾਣਗੇ ਤੁਹਾਨੂੰ, ਉਹਨਾਂ ਬੱਚਿਆਂ ਦੀ ਆਪ ਪੜ੍ਹਾਈ ਕਰਾ ਦਿਓ। ਸਿਸਟਮ ਸਾਰਾ ਅਸੀਂ ਬਣਾਇਆ ਹੋਇਆ ਔਰ ਬਿਲਕੁਲ ਦਾਸ ਨੂੰ ਪੈਸਿਆਂ ਦੀ ਲੋੜ ਨਹੀਂ। ਜੇ ਜਿੱਥੇ ਕਹੋਗੇ ਦਾਸ ਜਿੰਨੇ ਸਵਾਸ ਬਾਕੀ ਹੈ ਇਹ ਸੇਵਾ ਕਰਨੀ ਹੈ, ਕਿਉਂਕਿ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਈਏ, ਇਹ 'ਚ ਮੈਨੂੰ ਸੁੱਖ ਮਿਲਦਾ। ਭਿਖਾਰੀ ਤੋਂ ਰਾਜਾ ਬਣ ਗਿਆ, ਪਰ ਮੈਨੂੰ ਉਹ ਸੁੱਖ ਨਹੀਂ ਮਿਲਿਆ ਜਦੋਂ ਰਾਜਾ ਸੀਗਾ, ਮੈਂ 5-5 ਕਰੋੜ ਦੀਆਂ ਕਾਰਾਂ ਵੀ ਚਲਾਈਆਂ, ਮਹਿਲ ਵਰਗੇ ਘਰ 'ਚ ਰਹੇ, ਪਰ ਇਸ ਸੁੱਖ 'ਚ ਮੈਂ ਸੁੱਖ ਲੈਣਾ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਮੈਂ ਸੇਵਾ ਕਰੀ ਜਾ ਰਿਹਾ ਅਖੀਰਲੇ ਸਵਾਸ ਤੱਕ। ਜਿਵੇਂ ਆਪ ਜੀ ਨੂੰ ਦੱਸਿਆ ਕਿ ਮੈਂ ਕੱਲ੍ਹ ਇੰਡੀਆ ਤੋਂ ਆਇਆ ਵਾਂ, 13 ਤਰੀਕ ਨੂੰ ਮੈਂ ਅਮਰੀਕਾ ਚਲ ਜਾਣਾ, ਉੱਥੇ ਜਾ ਕੇ ਵੀਰਾਂ ਨੂੰ ਮੈਂ ਝੋਲੀ ਅੱਡਦਾ, ਕਿਉਂਕਿ ਵੀਰਾਂ ਨੂੰ ਪਤਾ ਹੀ ਨਹੀਂ ਹੈ ਕਿ ਬਈ ਆਪਾਂ ਸਾਰੇ ਦਸਵੰਧ ਦਿੰਦੇ ਹਾਂ, ਪਰ ਅਕਲੀ ਕੀਚੇ ਦਾਨ, ਆਪਾਂ ਦਸਵੰਧ ਸਹੀ ਜਗ੍ਹਾ 'ਤੇ ਲਗਾਈਏ। ਮੇਰਾ ਪੰਜਾਬ ਅੱਜ ਪੜ੍ਹਾਈ ਮੰਗਦਾ, ਪੜ੍ਹਾਈ ਮੰਗਦਾ, ਇੱਕ ਇੱਕ ਬੱਚੇ ਦੀ ਆਪ ਬਾਂਹ ਫੜ ਕੇ ਆਪ ਪੜ੍ਹਾ ਦਿਓ। ਜਿੱਥੇ ਆਪਣੇ ਇੱਕ ਇੱਕ ਦੋ ਪੜ੍ਹਾਏ, ਆਪਣੇ ਬੱਚੇ ਨੂੰ ਪੜ੍ਹਾ ਦਿਓ, ਇੱਕ ਤੀਜੇ ਬੱਚੇ ਨੂੰ ਲੈ ਕੇ ਪੜ੍ਹਾ ਦਿਓ, ਬਿਲਕੁਲ ਉਹਦੀ ਪ੍ਰੋਗਰੈਸ ਰਿਪੋਰਟ ਤੁਹਾਨੂੰ ਮਿਲੇਗੀ, ਉਹਦੀ ਫੀਸ ਦੀ ਰਸੀਦ ਮਿਲੇਗੀ ਤੁਹਾਨੂੰ। ਔਰ ਪੰਜਾਬ ਬਚਾਓ, ਆ ਕੇ ਬੱਚੇ ਨੂੰ ਮਿਲੋ, ਬੱਚੇ ਦੇ ਸਭ ਕੁਝ ਤੁਸੀਂ ਦੇਖੋ, ਔਰ ਇੱਕ ਇੱਕ ਬੱਚੇ ਦੀ ਬਾਂਹ ਫੜ ਕੇ ਤਕੜੇ ਤਕੜੇ IAS ਅਫਸਰ, IPS ਅਫਸਰ, SSP ਵੱਡੇ ਵੱਡੇ ਅਫਸਰ ਬਣਾਈਏ, ਗੁਰਸਿੱਖ ਡਾਕਟਰ, ਗੁਰਸਿੱਖ ਇੰਜੀਨੀਅਰ ਬਣਾਈਏ। ਅੱਜ ਬੱਚਿਆਂ ਨੂੰ ਇਸ ਚੀਜ਼ ਦੀ ਲੋੜ ਹੈ। ਪਿਆਰੀ ਸਾਧ ਸਿੰਘ ਜੀ, ਤਕਰੀਬਨ 2.5 ਲੱਖ ਬੱਚਾ ਪੜ੍ਹਾਈ ਮੰਗਦਾ, ਜੇ ਦਾਸ ਤਾਂ 5,000 ਬੱਚਿਆਂ ਦੀ ਫੀਸਾਂ ਦੇ ਰਿਹਾ ਤੁਹਾਡੇ ਸਹਿਯੋਗ ਨਾਲ, ਔਰ ਆਪਾਂ ਆਓ ਰਲ ਕੇ ਇਹ ਸੇਵਾ ਕਰੀਏ। ਮੈਨੂੰ ਪੂਰਾ ਵਿਸ਼ਵਾਸ ਹੈ ਆਪਣੀ ਕੌਮ ਦੇ ਉੱਤੇ, ਜੇ ਸਾਡੇ ਕੋਲ ਕੌਮ ਦੇ ਲਈ ਦਰਦ ਹੈ ਨਾ, ਤਾਂ ਫਿਰ ਆਪਾਂ ਇਸ ਸੇਵਾ ਵਿੱਚ ਜ਼ਰੂਰ ਸ਼ਾਮਲ ਹੋਈਏ, ਕਿਉਂਕਿ ਅੱਜ ਧਰਮ ਦੇ ਨਾਂ 'ਤੇ ਬਹੁਤ ਕੁਛ ਹੋ ਰਿਹਾ, ਅਤੇ ਆਪ ਜੀ ਆਪ ਕਰੋਗੇ ਜਦੋਂ ਇੱਕ ਇੱਕ ਬੱਚੇ ਦੀ, ਬੱਚੇ ਮੈਂ ਇਕੱਠੇ ਕਰ ਲਿਆਉਣਾ, ਵੈਬਸਾਈਟ 'ਤੇ ਪਾ ਦੇਣਾ, ਫਾਰਮ ਮੇਰੇ ਕੋਲ ਹੁੰਦੇ ਆ ਗੁਰਦੁਆਰਿਆਂ ਦੇ ਬਾਹਰ, ਮੈਂ ਰੱਖ ਦਿੰਦਾ ਬੱਚਿਆਂ ਦੇ ਫਾਰਮ, ਅਤੇ 25-30 ਪੌਂਡਾਂ 'ਚ ਬੱਚਾ ਪੜ੍ਹਾਈ ਕਰ ਜਾਂਦਾ ਮਹੀਨੇ ਦੀ। ਅਤੇ ਆਪ ਜੀ ਇਹ ਡਾਇਰੈਕਟ ਡੈਬਿਟ ਕਰ ਸਕਦੇ ਹੋ, ਮਹੀਨੇ ਦੇ ਮਹੀਨੇ ਵੀ ਦੇ ਸਕਦੇ ਹੋ, ਇਕੱਠੇ ਵੀ ਦੇ ਸਕਦੇ ਹੋ, ਔਰ ਫਿਰ ਜਿੰਨੇ ਪੈਸੇ ਤੁਸੀਂ ਦਿਓਗੇ ਉਹਨੇ ਦੇ ਉਹਨੇ ਬੱਚੇ ਨੂੰ ਅਸੀਂ ਪਹੁੰਚਾ ਦੇਣੇ ਆ, ਔਰ ਉਸ ਬੱਚੇ ਨਾਲ ਤੁਸੀਂ ਕੰਟੈਕਟ ਕਰਕੇ ਗੱਲਬਾਤ ਕਰਕੇ ਅਤੇ ਬੱਚੇ ਨੂੰ ਪੁੱਛ ਸਕਦੇ ਹੋ ਕਿ ਬੱਚੇ ਤੁਹਾਨੂੰ $25 ਜਾਂ 25 ਪੌਂਡ ਭੇਜੇ ਸੀ, ਅਤੇ ਫਿਰ ਜੇ ਬੱਚੇ ਨੂੰ 25 ਦੇ 25 ਮਿਲ ਗਏ ਤਾਂ ਸਾਧ ਸਿੰਘ ਜੀ ਫਿਰ ਤੁਸੀਂ ਹੋਰਾਂ ਨੂੰ ਵੀ ਦੱਸੋ, ਕਿਉਂਕਿ ਬਹੁਤ ਸਾਰੇ ਮੇਰੇ ਵੀਰਾਂ ਭੈਣਾਂ ਨੂੰ ਇਸ ਸੇਵਾ ਦਾ ਪਤਾ ਹੀ ਨਹੀਂ ਹੈ। ਸੋ ਆਪਾਂ ਰਲ ਕੇ ਆਪਣੇ ਪੰਜਾਬ ਨੂੰ ਬਚਾਉਣਾ, ਇਹ ਨਾਅਰੇ ਲਾਉਣ ਨਾਲ ਜਾਂ ਖਾਲੀ ਜਕਾਰੇ ਛੱਡਣ ਨਾਲ ਨਹੀਂ ਗੱਲ ਬਣਨੀ, ਗੁਰਬਾਣੀ ਪੜ੍ਹਨੀ ਹੀ ਪੈਣੀ ਹੈ, ਗੁਰੂ ਦਾ ਕਹਿਣਾ ਮੰਨਣਾ ਹੀ ਪੈਣਾ ਸਾਨੂੰ, ਅਤੇ ਮਾਫ਼ ਕਰਨਾ ਫਿਰ ਇਹਦੇ ਨਾਲ ਸਮੇਂ ਦੀ ਲੋੜ ਹੈ। ਵਾਧੂ ਪੜ੍ਹਾਈ ਕਰੀਏ, ਕਿਉਂਕਿ ਅੱਜ ਦੁਨੀਆ ਵਿਚਕਾਰ ਵਿਚਰਨਾ ਅਤੇ ਪੜ੍ਹਾਈ ਦੀ ਬੜੀ ਲੋੜ ਹੈ। ਸੋ ਮੈਂ ਇੰਨੀਆਂ ਬੇਨਤੀਆਂ ਕਰਦਾ ਹੋਇਆ ਹਮੇਸ਼ਾ, ਕਿਉਂਕਿ ਮੈਨੂੰ ਦੁੱਖ ਲੱਗਦਾ ਜਦੋਂ ਇਹ ਈਸਾਈ ਉੱਥੇ ਚਰਚਾਂ ਖੋਲ੍ਹੀ ਜਾ ਰਹੇ ਹੈ, ਇੱਥੇ ਇੰਗਲੈਂਡ 'ਚ ਸਾਰੀਆਂ ਚਰਚਾਂ ਖਾਲੀ ਪਈਆਂ। ਆਪ ਵਿਚਾਰ ਕਰੋ ਸਾਧ ਸਿੰਘ ਜੀ, ਉੱਥੇ ਸਿੱਖਾਂ ਨੂੰ ਈਸਾਈ ਬਣਾਇਆ ਜਾ ਰਿਹਾ, ਥੋੜ੍ਹੇ ਜਿਹੇ ਪੈਸੇ ਦੇ ਦਿਓ ਅਤੇ ਇਲਾਜ ਕਰਾ ਦਿਓ, ਉਹਨਾਂ ਦੀ ਮੱਝ ਬਿਮਾਰ ਹੈ ਠੀਕ ਕਰਾ ਦਿਓ, ਅਤੇ ਆਹ ਬਾਈਬਲ ਫੜ ਲਓ। ਮੈਂ ਕਿਸੇ ਧਰਮ ਦੇ ਅਗੇਂਸਟ ਨਹੀਂ ਹਾਂ, ਪਰ ਅੱਜ ਮਾਫ਼ ਕਰਨਾ ਸਮੇਂ ਦੀ ਲੋੜ ਸਾਡੀ ਹੈ ਕਿ ਅਸੀਂ ਕਿੱਥੇ ਪੈਸੇ ਆਪਣਾ ਮਾਇਆ ਲਾ ਰਹੇ ਹਾਂ, ਮੇਰੇ ਵਰਗੇ ਰਜਿਆਂ ਨੂੰ ਲੰਗਰ ਛਕਾਈ ਜਾ ਰਹੇ ਹਾਂ, ਛਬੀਲਾਂ ਲਾ ਲਾ ਕੇ ਬਿਮਾਰੀ, ਸ਼ੂਗਰ ਦੀ ਬਿਮਾਰੀ ਸ਼ੁਰੂ ਕਰ ਦਿੱਤੀ। ਆਓ ਰਲ ਕੇ ਇਸ ਵਿਚਾਰ ਕੇ ਅਕਲੀ ਕੀਚੇ ਦਾਨ, ਕੋਈ ਲੋੜ ਨਹੀਂ ਸਾਨੂੰ 5-5 ਗੁਰਦੁਆਰੇ ਔਰ 5-5 ਛਬੀਲਾਂ, 5-5 ਲੰਗਰ, ਹੈ ਨਾ, ਆਵਾਜ਼ਾਂ ਮਾਰ ਮਾਰ ਕੇ ਨੂਡਲ ਦੇ ਲੰਗਰ ਲੈ ਲਓ, ਪਕੌੜੇ ਛੱਕ ਲਓ, ਹੋਰ ਪੀਜ਼ੇ ਖਾ ਲਓ। ਮਾਫ਼ ਕਰਨਾ, ਸਾਡੇ ਗੁਰੂ ਦੀ ਮਰਿਆਦਾ ਸਿੰਪਲ ਦਾਲ ਫੁਲਕਾ, ਇਹ ਗੁਰੂ ਕਾ ਲੰਗਰ ਪੰਗਤ 'ਚ ਬੈਠ ਕੇ ਆਪਾਂ ਕਰੀਏ। ਮਹਾਰਾਜ ਮਿਹਰ ਕਰਨਗੇ, ਕਿਉਂਕਿ ਦਾਸ ਨੇ ਖੁਦ ਤਾਂ ਸਭ ਕੁਝ ਕੀਤਾ ਔਰ ਗੁਰੂ ਸਾਹਿਬ ਕਰਵਾ ਵੀ ਰਹੇ ਹੈ। ਅਖੀਰਲੇ ਸਵਾਸ ਤੱਕ ਸੇਵਾ ਕਰਨੀ ਹੈ। ਡਿੱਠਾ ਸਭ ਸੰਸਾਰ, ਸੁੱਖ ਨਾ ਨਾਮ ਬਿਨ, ਤਨ ਧਨ ਹੋਸੀ ਛਾਰ, ਜਾਣੇ ਕੋਈ ਜਨ। ਸੋ ਪਿਆਰੀ ਸਾਧ ਸੰਗਤ ਜੀ, ਜ਼ਰੂਰ ਮੇਰੀ ਬੇਨਤੀ ਪ੍ਰਵਾਨ ਕਰਦੇ ਹੋਏ ਆਪ ਜੀ ਸਾਰੇ ਦਾਸ ਦਾ ਸਹਿਯੋਗ ਕਰੋਗੇ, ਕਿਉਂਕਿ ਇਹ ਸਾਰਾ ਕੁਝ ਤੁਹਾਨੂੰ ਟੈਲੀਫੋਨ 'ਤੇ ਪਤਾ ਲੱਗ ਜਾਏਗਾ, ਨੰਬਰ ਥੱਲੇ ਆ ਰਿਹਾ, ਅਤੇ ਜਾਂ ਆਪਣਾ ਵੈਬਸਾਈਟ ਖੋਲ੍ਹ ਕੇ ਦੇਖ ਲਓ ਅਤੇ ਆਪ ਜੀ ਸਾਰੀ ਇਨਫੋਰਮੇਸ਼ਨ ਬਾਕੀ ਦੀ ਲੈ ਸਕਦੇ ਹੋ। ਸੋ ਇੰਨਾ ਕੁਝ ਕਹਿੰਦੇ ਹੋਏ ਮੈਂ ਅਕਾਲ ਚੈਨਲ ਦਾ ਧੰਨਵਾਦ ਕਰਦਾ, ਜੇ ਥਰੂ ਤੁਹਾਨੂੰ ਮੈਸੇਜ ਸੁਨੇਹਾ ਪਹੁੰਚ ਰਿਹਾ। ਅੱਜ ਕਾਫੀ ਸਮੇਂ ਤੋਂ ਦਾਸ ਇਸ ਚੈਨਲ 'ਤੇ ਲੱਗਾ ਹੋਇਆ ਔਰ ਬੜੀ ਕਿਰਪਾ ਹੈ, ਚੈਨਲ ਦੀ ਚੜ੍ਹਦੀ ਕਲਾ ਵੀ ਦਾਸ ਮੰਗਦਾ। ਸੋ ਇੰਨਾ ਕੁਝ ਕਹਿੰਦੇ ਹੋਏ ਮੈਂ ਖਿਮਾ ਦਾ ਜਾ ਚੱਕਾਂ, ਮੈਂ ਬੋਲਦਿਆਂ ਕੋਈ ਭੁੱਲ ਗਲਤੀ ਹੋ ਗਈ ਤਾਂ ਮੈਨੂੰ ਮਾਫ਼ ਕਰ ਦੇਣਾ, ਕਿਉਂਕਿ ਮੈਂ ਪ੍ਰਚਾਰਕ ਨਹੀਂ ਹਾਂ, ਸੰਤ ਬਾਬਾ ਨਹੀਂ ਹਾਂ, ਹਾਂ ਮੂਰਖ ਕਾਰੇ ਲਾਇਆ, ਪਰ ਮੈਨੂੰ ਸਮਝ ਆ ਗਈ ਅੱਜ ਮੇਰੀ ਕੌਮ ਲਈ ਮੇਰੇ ਕੋਲ ਦਰਦ ਹੈ ਕਿ ਇਸ ਕੌਮ ਨੂੰ ਆਪਾਂ ਅਗਰ ਉੱਚਾ ਲੈ ਕੇ ਜਾਣਾ ਅਤੇ ਪੜ੍ਹਾਈ ਦੀ ਲੋੜ ਹੈ ਅਤੇ ਗੁਰੂ ਨਾਲ ਜੋੜਨ ਦੀ ਲੋੜ ਹੈ। ਸੋ ਇੰਨਾ ਕੁਝ ਕਹਿੰਦੇ ਹੋਏ ਫਤਿਹ ਬੁਲਾਉਣਾ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।